ਇੱਕ ਤਰਫ ਬਿੱਗ ਬਾਸ ਸਮੇਂ ਨਾਲ ਆਪਣੇ ਦਰਸ਼ਕਾਂ ਨੂੰ ਖੂਬ ਐਂਟਰਟੇਨਮੈਂਟ ਦਿੰਦਾ ਤੇ ਇੰਟਰਸਟਿੰਗਲੀ ਅੱਗੇ ਵੱਧਦਾ ਨਜ਼ਰ ਆ ਰਿਹਾ ਹੈ ਪਰ ਕੁਝ ਸਦਸਿਆ ਦੇ ਵਿੱਚ ਪੜਦੀ ਲੜਾਈਆਂ ਦੇ ਕਾਰਨ ਦਰਸ਼ਕਾਂ 'ਚ ਨਿਰਾਸ਼ਾ ਬਣੀ ਹੋਈ ਹੈ ਇੱਕ ਤਰਫ ਜਿਤੇਸ਼ਵਰਿਆ ਤੇ ਨੀਲ ਵਿੱਚ ਖੂਬ ਝਗੜਾ ਵੇਖਣ ਨੂੰ ਮਿਲਦਾ ਹੈ ਤੇ ਤੁਜੀ ਤਰ੍ਹਾਂ ਇੱਕ ਪਿਆਰਾ ਜਿਹਾ ਕਨੈਕਸ਼ਨ ਵੀ ਵੇਖਣ ਨੂੰ ਮਿਲਦਾ ਹੈ ਪਰ ਬਿੱਗ ਬਾਸ ਦੇ ਵੈਸੇ ਤਾਂ ਮੋਸਟ ਐਕਟਿਵ ਕਹੇ ਜਾਣ ਵਾਲੀ ਜੋੜੀ ਬਿੱਗ ਬਾਸ ਦੇ ਵਿੱਕੀ ਪਈਆ ਤੇ ਫੇਵਰੇਟ ਅੰਕਿਤਾ ਲੋਖੜੀ ਵਿੱਚ ਸਿਰਫ ਝਗੜੇ ਹੀ ਨਜ਼ਰ ਆ ਰਹੇ ਨੇ ਜਿਸ ਦੇ ਪਿੱਛੇ ਵੈਸੇ ਤਾਂ ਵਿੱਕੀ ਦਾ ਕੋਈ ਡਾਇਰੈਕਟ ਹ ਨੰਦੇ ਨੇ ਅੰਕਿਤਾ ਲੋ ਘੰਡੇ ਤੇ ਵਿੱਕੀ ਦੇ ਵਿੱਚ ਰੋਜ਼ਦੂਰੀਆ ਵੱਧਦੀ ਨਜ਼ਰ ਆ ਰਹੀਆਂ ਨੇ ਇੱਕ એપisode ਚ ਤਾਂ ਅੰਕਿਤਾ ਨੇ ਵਿੱਕੀ ਨੂੰ ਉਹਨਾਂ ਦਾ ਸ਼ਾਦੀशुदा ਹੋਣ ਵੀ ਭੁੱਲ ਜਾਣ ਨੂੰ ਕਹਿ ਦਿੱਤਾ ਸੀ ਜਿਸ ਤੋਂ ਬਾਅਦ ਫੈਨਸ ਹੋਏ ਸੀ ਵੱਡੇ ਸ਼ੋਕ ਤੇ ਨਾਲ ਅੰਕਿਤਾ ਇੰਨੀ ਕਿ ਨਾਰਾਜ਼ ਸੀ ਕਿ ਵਿੱਕੀ ਨੂੰ ਆਲਮੋਸਟ ਲਤ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਅੰਕਿਤਾ ਟਰੋਲ ਵੀ ਬਹੁਤ ਹੋ ਰਹੇ ਨੇ ਤਬੀਤੇ એપisode ਚ ਅੰਕਿਤਾ ਫੇਰ ਵਿੱਕੀ ਨਾਲ ਝਗੜਦੀ ਨਜ਼ਰ ਆਈ ਜਿਸ ਦੇ ਵਿੱਚ ਉਹਨਾਂ ਨੇ ਵਿੱਕੀ ਨੂੰ ਕਿਹਾ ਵੀ ਜੋ ਉਹ ਪਾਣਾ ਚਾਹੁੰਦੇ ਨੇ ਉਹ ਉਹਨਾਂ ਨੂੰ ਨਹੀਂ ਮਿਲ ਰਿਹਾ ਦਰਸ ਅੰਕਿਤਾ ਵਿੱਕੀ ਦੇ ਟੈਨਸ਼ਨ ਵਾਰੇ ਗੱਲ ਕਰ ਰਹੀ ਸੀ ਜਿਸ ਦੇ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਝਗੜਨਾ ਪੈਂਦਾ ਹੈ ਤੇ ਵਿੱਕੀ ਨੇ ਕਿਹਾ ਵੀ ਉਹ ਇਸ ਗੱਲ ਲਈ ਰੈਡੀ ਨਹੀਂ ਨੇ ਤੇ ਇਹ ਗਰੜ ਲਾਲਚ ਨੇ ਅੰਕਿਤਾ ਨੇ ਕਿਹਾ ਉਹਨਾਂ ਨੂੰ ਬੇहद ਤਕਲੀਫ ਹੋ ਰਹੀ ਹੈ ਤੇ ਉਹ ਮੈਂਟਲੀ ਐਗਜ਼ੌਸਟਿਡ ਤੇ ਬਿਮਾਰ ਨਜ਼ਰ ਆ ਰਹੇ ਨੇ ਦੂਜੀ طرف ਵਿੱਕੀ ਆਪਣੀ ਜਸਟੀਫਿਕੇਸ਼ਨ ਦੇਂਦੇ ਨਜ਼ਰ ਆਏ ਵੀ ਕਿਸ ਤਰ੍ਹਾਂ ਉਹ ਟਾਈਮ ਨਹੀਂ ਦੇ ਪਾਰੇ ਰੀਸੈਂਟਲੀ ਕਾਮਯਾ ਪੰਜਾਬੀ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਅੰਕਿਤਾ ਦੇ ਲਈ ਸਪੋਰਟ ਜ਼ਾਹਿਰ ਕੀਤਾ ਉਹਨਾਂ ਨੇ ਕਿਹਾ ਵੀ ਅੰਕਿਤਾ ਨੂੰ ਇਸ ਸ਼ੋਅ 'ਚ ਨਹੀਂ ਆਉਣਾ ਚਾਹੀਦਾ ਸੀ ਤੇ ਆਪਣੇ ਹਸਬੰਦ ਨਾਲ ਤਾਂ ਬਿਲਕੁਲ ਨਹੀਂ ਦਰਸ਼ਕ ਵਿੱਕੀ ਤੇ ਅੰਕਿਤਾ ਦੀ ਇਹਨਾਂ ਨੋਕ-ਚੋਕ ਤੋਂ ਬੇहद ਨਾਰਾਜ਼ ਤੁਸੀਂ ਇਸ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਚ ਦੱਸ ਸਕਦੇ ਹੋ ਇਸੇ ਤਰ੍ਹਾਂ ਹੋਰ ਖਬਰਾਂ ਲਈ ਤੁਸੀਂ ਵਿਗਦੇ ਰਹੋ ਏਬੀਪੀ ਸਾਂਝਾ